ਜ਼ਿਲ੍ਹਾ ਸੰਗਰੂਰ ਦੇ ਪਿੰਡ ਰਾਮਨਗਰ ਛੰਨਾ ਵਿੱਚ ਉਸ ਸਮੇਂ ਮਾਹੌਲ ਕਾਫੀ ਤਣਾਪੂਰਵਕ ਹੋ ਗਿਆ ਜਦੋਂ ਇੱਕ ਘਰ 'ਚ ਚਲਾਏ ਜਾ ਰਹੇ ਬੁੱਚੜਖਾਨੇ ਦਾ ਪਰਦਾਫਾਸ਼ ਕੀਤਾ ਗਿਆ ਜਿੱਥੇ ਕਿ ਨਿੱਤ ਵੱਡੀ ਗਿਣਤੀ ਗਊਆਂ ਨੂੰ ਕਤਲ ਕਰ ਉਹਨਾਂ ਦਾ ਮਾਸ ਵੇਚਿਆ ਜਾ ਰਿਹਾ ਸੀ। ਤੁਹਾਨੂੰ ਦਿਖਾਉਂਦੇ ਹਾਂ ਪੂਰਾ ਮਾਮਲਾ। ਜ਼ਿਲ੍ਹਾ ਸੰਗਰੂਰ ਦੇ ਰਾਮਨਗਰ ਛੰਨਾ ਦੇ ਇੱਕ ਘਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਨਜਾਇਜ਼ ਢੰਗ ਨਾਲ ਬੁੱਚੜਖਾਨਾ ਚਲਾਇਆ ਜਾ ਰਿਹਾ ਸੀ ਜਿੱਥੇ ਕਿ ਗਾਵਾਂ ਨੂੰ ਕੱਟਿਆ ਵੱਢਿਆ ਜਾਂਦਾ ਸੀ। ਜਿਸਦੀ ਭਣਕ ਗੋਰਖਸ਼ਕ ਦਲ ਨੂੰ ਕੱਲ੍ਹ ਦੇਰ ਰਾਤ ਮਿਲੀ ਜਿਸ ਤੋਂ ਬਾਅਦ ਉਹਨਾਂ ਨੇ ਜ਼ਿਲ੍ਹੇ ਦੇ SSP ਪ੍ਰਤਪਾਲ ਸਿੰਘ ਥਿੰਨ ਨੂੰ ਅੱਧੀ ਰਾਤ ਨੂੰ ਇਸਦੀ ਜਾਣਕਾਰੀ ਦੇ ਦਿੱਤੀ ਜਿਸ ਤੋਂ ਬਾਅਦ SSP ਨੇ ਅਧਿਕਾਰੀਆਂ ਤੇ ਪੁਲਿਸ ਦੀ ਇੱਕ ਟੀਮ ਦਾ ਗਠਨ ਕਰ ਦਿੱਤਾ ਤੇ ਅੱਜ ਸਵੇਰੇ ਘਰ ਉੱਤੇ ਰੇਡ ਕਰ ਇਸ ਬੁੱਚੜਖਾਨੇ ਦਾ ਪਰਦਾਫਾਸ਼ ਕੀਤਾ। ਜ਼ਿਲ੍ਹੇ ਦੇ SSP ਪ੍ਰਤਪਾਲ ਸਿੰਘ ਥਿੰਨ ਨੇ ਦੱਸਿਆ ਕਿ ਉਹਨਾਂ ਨੂੰ ਅੱਧੀ ਰਾਤ ਨੂੰ ਹੀ ਬੁੱਚੜਖਾਨੇ ਬਾਰੇ ਜਾਣਕਾਰੀ ਮਿਲੀ ਤੇ ਨਾਲ ਹੀ ਉਹਨਾਂ ਨੇ ਕਾਰਵਾਈ ਦੇ ਸਖਤ ਨਿਰਦੇਸ਼ ਵੀ ਦੇ ਦਿੱਤੇ। ਇਸ ਮੌਕੇ ਪੁਲਿਸ ਨੇ ਬੁੱਚੜਖਾਨੇ ਨੂੰ ਚਲਾਉਣ ਵਾਲੇ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ। ਇਹਦੇ 'ਚ ਸਾਨੂੰ ਰਾਤ ਹਰੀਸ਼ ਸਿੰਗਲਾ ਜੀ ਜਿਹੜੇ ਸੈਕਸ਼ਨ ਵਾਲੇ ਹੈਗੇ ਨੇ ਆਏ ਸੀਗੇ ਸਤੀਸ਼ ਅਤੇ ਇਹਨਾਂ ਨੇ ਸਾਨੂੰ ਮੈਨੂੰ ਰਾਤ 12 ਵਜੇ ਮਿਲੇ ਨੇ ਆ ਕੇ। ਅਸੀਂ ਵੀ ਆਹ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਵੀ ਕੋਈ ਬੰਦਾ ਆਹ ਕੰਮ ਕਰ ਰਿਹਾ, ਗਲਤ ਕੰਮ ਕਰ ਰਿਹਾ। ਉਸ ਜਿਹੜੇ ਮੈਂ DSP ਧੂਰੀ 3 SHO ਇਹਨਾਂ ਦੇ ਨਾਲ ਭੇਜੇ ਕਰੀਬ ਆ ਕੇ ਅਸੀਂ ਤੜਕੇ ਇੱਥੇ ਰੇਡ ਕਰ ਲਿਆ। ਰੇਡ ਕਰਨ ਤੋਂ ਬਾਅਦ ਉਹ ਬੰਦੇ ਸਾਰੇ ਰੌਲਾ ਕਰ ਲਿਆ, ਪਰਚਾ ਦਰਜ ਕਰਤਾ। ਆਹ ਹੁਣ ਜਿਹੜਾ ਅਸੀਂ ਕਰ ਰਹੇ ਹਾਂ ਜਿਹੜੀਆਂ ਕਾਫੀ ਜਿਹੜੀਆਂ ਗਊਆਂ ਦੇ ਮਤਲਬ ਡਾਕਟਰ ਸਾਹਿਬ ਨੇ GVC ਨੇ ਬਿਤਾ ਰਹੇ ਅਤੇ ਉਹਦੇ ਖਿਲਾਫ਼ ਜੋ ਵੀ ਸਭ ਤੋਂ ਸਖ਼ਤ ਕਰ ਦਿੱਤੇ ਬੰਦੇ ਅਸੀਂ ਰੌਲਾ। ਪਰਚਾ ਉਹਨੇ ਬਾਈ ਨੇ 2 ਬੰਦੇ ਦੇ ਖਿਲਾਫ਼ ਦਿੱਤਾ, ਬਾਕੀ ਕੋਈ ਦੱਸਿਆ ਵੀ 8-7 ਬੰਦੇ ਹੋਰ ਫੜ ਲਓ। ਉਹ 2 ਬੰਦੇ ਅਸੀਂ ਜਿਹੜਾ ਮੇਨ ਸੀ ਘਰ ਦਾ ਬੰਦਾ ਫੜ ਲਿਆ ਉਹਦੇ ਮੁੰਡੇ ਤੋਂ ਫੜ ਲਿਆ ਅਤੇ ਬਾਕੀ ਜਿਹੜੇ ਵੀ ਪੁੱਛਗਿੱਛ ਦੇ ਬਾਅਦ ਬੰਦੇ ਹੋਣਗੇ ਇਨਵੈਸਟੀਗੇਸ਼ਨ ਜਾਰੀ ਹੈ ਉਹ ਸਾਰੇ ਬੰਦੇ ਜਿਹੜੇ ਰਾਊਂਡ ਅਪ ਕਰਾਂਗੇ ਉਹ ਸਖ਼ਤ ਤੋਂ ਸਖ਼ਤ ਕਰ ਲਈਏ। ਉੱਥੇ ਹੀ ਗੋਰਖਸ਼ਕ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ 6 ਮਹੀਨੇ ਤੋਂ ਇਸ ਬੁੱਚੜਖਾਨੇ ਬਾਰੇ ਜਾਣਕਾਰੀ ਮਿਲ ਰਹੀ ਸੀ ਜਿਸ ਦੀ ਜਾਣਕਾਰੀ ਉਹ ਲਗਾਤਾਰ ਪੁਲਿਸ ਪ੍ਰਸ਼ਾਸਨ ਨੂੰ ਵੀ ਦੇ ਰਹੇ ਸਨ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਆਖਿਰਕਾਰ ਉਹਨਾਂ ਨੂੰ ਦੇਰ ਰਾਤ ਪੱਕੀ ਖਬਰ ਮਿਲੀ ਜਿਸ ਤੋਂ ਬਾਅਦ ਬੁੱਚੜਖਾਨੇ ਦਾ ਪਰਦਾਫਾਸ਼ ਕੀਤਾ ਗਿਆ। 6 ਮਹੀਨੇ ਤੋਂ ਮੈਨੂੰ ਸੂਚਨਾ ਮਿਲ ਰਹੀ ਸੀ ਵੀ ਇੱਥੇ ਗਊਆਂ ਵੱਢ ਕੇ ਇਹਦਾ ਮਾਸ ਬਾਹਰ ਭੇਜਿਆ ਜਾ ਰਿਹਾ। ਮੈਂ ਵੱਡੇ ਅਫਸਰਾਂ ਨੂੰ ਵੀ ਧਿਆਨ 'ਚ ਲਿਆਉਂਦਾ ਅਤੇ 1 ਮਹੀਨਾ ਪਹਿਲਾਂ ਮੈਂ SSP ਸੰਗਰੂਰ ਨੂੰ ਵੀਡੀਓ ਵੀ ਦਿੱਤੀ ਜਿਹਦੇ ਟਰੱਕ ਦੇ ਅੰਦਰ ਗਊ ਮਾਸ ਭਰਿਆ ਹੋਇਆ ਸੀ ਜੋ ਇੱਥੋਂ ਲੱਥ ਕੇ ਗਿਆ ਸੀ। ਉਹਨਾਂ ਨੇ ਸਤਨਾਮ ਸਿੰਘ ਅਤੇ CI ਦਾ ਇੰਚਾਰਜ ਉਹਨਾਂ ਦੀ ਡਿਊਟੀ ਲਗਾਈ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ 1 ਮਹੀਨਾ ਤੋਂ ਮੈਂ ਰੋਜ਼ 4-4 5-5 ਫੋਨ CI ਇੰਚਾਰਜ ਨੂੰ ਕੀਤੇ, ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ, ਮੇਰਾ ਫੋਨ ਨਹੀਂ ਅਟੈਂਡ ਕੀਤਾ ਜਿਹਦਾ ਮੈਂ ਉਹਨਾਂ ਨੂੰ ਕੋਈ ਇਹਦਾ ਕਲੂ ਦੇਣਾ ਚਾਹੁੰਦਾ ਸੀ। ਸ਼ਾਇਦ ਇਹ ਜਿਹੜੀ ਅੱਜ ਪਕੜਿਆ ਗਿਆ ਅਤੇ ਇਹ 20 ਦਿਨ ਪਹਿਲਾਂ ਵੀ ਪਕੜਿਆ ਜਾ ਸਕਦਾ ਸੀ। ਜਿਹੜੀਆਂ 20 ਦਿਨ ਦੇ ਅੰਦਰ ਸੈਂਕੜੋ ਗਊਆਂ ਦਾ ਵੱਧ ਹੋਇਆ ਉਹਦਾ ਜ਼ਿੰਮੇਵਾਰ ਮੈਂ ਸਮਝਦਾ ਉਹ ਅਫਸਰ ਹੈ ਅਤੇ ਮੇਰੀ ਸਰਕਾਰ ਨੂੰ ਇਹੀ ਗੁਜ਼ਾਰਿਸ਼ ਹੈ ਵੀ ਜੋ ਵੀ ਜ਼ਿੰਮੇਵਾਰ ਲੋਕ ਹੈ ਜਿਨ੍ਹਾਂ ਦੀ ਡਿਊਟੀ ਬਣਦੀ ਹੈ ਜਿਨ੍ਹਾਂ ਦੀ ਹੱਦ ਦੇ ਅੰਦਰ ਇਹ ਕੰਮ ਹੋਇਆ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਫਿਲਹਾਲ ਇਸ ਬੁੱਚੜਖਾਨੇ ਵਿੱਚੋਂ ਕੰਕਾਲ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ ਪਰ ਪ੍ਰਸ਼ਾਸਨ ਦੇ ਨੱਕ ਤਲੇ ਚੱਲ ਰਹੇ ਇਸ ਗੈਰ ਕਾਨੂੰਨੀ ਬੁੱਚੜਖਾਨੇ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਖੜੇ ਕਰ ਦਿੱਤੇ ਨੇ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV।